ਹਰੇਕ ਧਰਨੇ ਦੇ ਉੱਤੇ ਗਏ ਬੰਦੇ ਨੂੰ ਇਹ ਨਹੀਂ ਕਹਿੰਦੇ ਇਹ ਤਾਂ ਰਾਜਨੀਤਿਕ ਹੈ। ਕੀ ਗੱਲ, ਰਾਜਨੀਤੀ ਮਾੜੀ ਹੈ? ਰਾਜਨੀਤੀ ਦਾ ਸਾਰਿਆਂ ਤੋਂ ਚੰਗੀ ਹੈ, ਪਰ ਉਹ ਬਿਜ਼ਨਸ ਲਈ ਨਾ ਹੋਵੇ, ਲੋਕ ਸੇਵਾ ਲਈ ਹੋਵੇ। ਬਿਜ਼ਨਸ ਲਈ ਨਾ ਹੋਵੇ, ਲੋਕ ਸੇਵਾ ਲਈ ਹੋਵੇ। ਪੰਜਾਬ ਕੋਲ ਕੋਈ ਮਤਲਬ ਇਮਾਨਦਾਰ ਲੀਡਰਸ਼ਿਪ ਨਹੀਂ, ਮਤਲਬ ਇਮਾਨਦਾਰ ਲੀਡਰਸ਼ਿਪ ਨਹੀਂ ਜੀ। ਇਹਨਾਂ ਨੇ ਤਾਂ ਸ਼ੰਭੂ ਮੋਰਚੇ ਤੋਂ ਰਾਜਨੀਤੀ ਕੱਢਣੀ ਹੈ। ਚਲੋ ਮੰਨ ਲਓ ਅਸੀਂ ਰਾਜਨੀਤੀ ਕੱਢ ਲਈ, ਰਾਜਨੀਤੀ ਕੱਢ ਕੇ ਅਸੀਂ 30-40 MLA ਤੇਰੇ ਵਰਗੇ ਮੁੰਡੇ, ਇਹਨਾਂ ਵਰਗੇ ਮੁੰਡੇ ਚੰਗੇ ਪੜ੍ਹੇ ਲਿਖੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਤੇ, ਔਰ ਉਹਨਾਂ ਨੇ ਪੰਜਾਬ ਲਈ ਕੋਈ ਚੰਗਾ ਕਰਤਾ? ਕੀ ਸ਼ੰਭੂ ਮੋਰਚੇ ਨੇ ਮਾੜੀ ਗੱਲ ਕਰਤੀ ਜੀ? ਕੀ ਸ਼ੰਭੂ ਮੋਰਚੇ ਨੇ ਮਾੜੀ ਗੱਲ ਕਰਤੀ ਜੀ? ਅਨੰਦਪੁਰ ਦੇ ਮਤੇ ਦੀ ਗੱਲ ਕਰ ਰਹੇ ਹਾਂ, ਫਿਰ ਵੀ ਦੀਪ ਸਿੱਧੂ RSS ਦਾ, ਦੀਪ ਸਿੱਧੂ ਨੇ ਕਹਿਤਾ ਕਿ ਸੂਬੇ ਨੂੰ ਵੱਧ ਅਧਿਕਾਰ ਚਾਹੀਦੇ ਹੈ, ਫਿਰ ਵੀ ਦੀਪ ਸਿੱਧੂ RSS ਮੁੱਦੇ ਤੋਂ ਭਟਕਾਉਣ ਦੀ ਇੱਕ ਤਰ੍ਹਾਂ ਦੀ ਚਾਲ ਬੁਣੀ ਜਾ ਰਹੀ ਹੈ। ਮੈਂ ਉਹੀ ਗੱਲ ਕਹਿਣਾ ਨਾ, ਭਟਕਾਉਣ ਦੀ ਇੱਕ ਤਰ੍ਹਾਂ ਦੀ ਚਾਲ ਬੁਣੀ ਜਾ ਰਹੀ ਹੈ। ਮੈਂ ਉਹੀ ਗੱਲ ਕਹਿਣਾ ਨਾ, ਜੇ ਦੀਪ ਸਿੱਧੂ ਆਪਣੀਆਂ ਕਈਆਂ ਗੱਲਾਂ ਤੇ ਖਰਾ ਨਹੀਂ ਉਤਰੂਗਾ, ਫਿਰ ਤਾਂ ਖਬਰ ਅਸੀਂ ਵੀ ਨਾਲ ਖੜੀਏ। ਸਤਿ ਸ਼੍ਰੀ ਅਕਾਲ, ਤੇ ਅੱਜ ਸਾਡੇ ਨਾਲ ਮੌਜੂਦ ਨੇ ਜੋਗਾ ਸਿੰਘ ਜੀ ਸ਼ੰਭੂ ਬੈਰੀਅਰ ਤੋਂ। ਜਾਣਦੇ ਆ ਅੱਜ ਦੇ ਭਾਰਤ ਬੰਦ ਦੇ ਬਾਰੇ, ਜਿੱਦਾਂ ਕਿ 25 ਸਤੰਬਰ ਨੂੰ ਦੇਖਿਆ ਗਿਆ ਪੰਜਾਬ ਬੰਦ ਦਾ ਨੌਜਵਾਨਾਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ, ਉਸ ਤਰ੍ਹਾਂ ਅੱਜ ਭਾਰਤ ਬੰਦ ਤੇ ਕਿੰਨਾ ਸਮਰਥਨ ਵੇਖਣ ਨੂੰ ਮਿਲਿਆ ਤੁਹਾਨੂੰ? ਦੇਖੋ, ਇਹ ਸਮਰਥਨ ਕੋਈ ਅਸੀਂ ਆਪਣੇ ਲਈ ਜਾਂ ਪੋਲੀਟੀਕਲ ਤੌਰ 'ਤੇ ਉਹ ਲੈਣ ਲਈ ਨਹੀਂ ਕੀਤਾ, ਕਿਉਂ ਇਹ ਤਾਂ ਜਿਹੜਾ ਭਾਰਤ ਬੰਦ ਜਾਂ ਪੰਜਾਬ ਬੰਦ ਦਾ ਸੱਦਾ ਸੀ, ਇਹ ਪੂਰੇ ਭਾਰਤ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ, ਅਤੇ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਸੀ ਕਿ ਜਿਹੜਾ ਸ਼ੰਭੂ ਮੋਰਚਾ ਦੀਪ ਸਿੱਧੂ ਜੀ ਨੇ, ਅਸੀਂ ਉਹਨਾਂ ਦੇ ਨਾਲ ਜਾਂ ਸਮੁੱਚੇ ਪੰਜਾਬੀਆਂ ਦੇ ਭਰਮੇ ਹੁੰਗਾਰੇ ਦੇ ਨਾਲ ਇੱਥੇ ਮੇਨ ਜਿਹੜਾ ਬਾਰਡਰ ਹੈ ਸਭ ਤੋਂ ਪਹਿਲਾਂ ਦਿੱਲੀ ਤੋਂ ਆਉਂਦੇ ਹੋਏ ਉਰੇ ਲਾਇਆ, ਅਤੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਹਦੇ ਨਾਲ ਇਹ ਭਾਰਤ ਨੂੰ ਆਪਣਾ ਪੰਜਾਬ ਦੀ ਜਿਹੜੀ ਸਰਹੱਦ ਹੈ ਇਹਨੂੰ ਸੀਲ ਕਰੀਏ। ਇਹਦਾ ਇੱਕ ਸੰਕੇਤ ਹੁੰਦਾ ਹੈ ਸਰਕਾਰਾਂ ਨੂੰ ਕਿ ਬੰਦ ਕਰਕੇ, ਰੋਡ ਬੰਦ ਕਰਕੇ ਸਰਕਾਰਾਂ ਨੂੰ ਇੱਕ ਸੰਕੇਤ ਦਿੱਤਾ ਜਾਂਦਾ ਹੈ ਕਿ ਸਾਡੇ ਵਿੱਚ ਇੰਨੀ ਤਾਕਤ ਹੈ, ਅਸੀਂ ਤੁਹਾਡੀਆਂ ਸੜਕਾਂ ਵੀ ਜਾਮ ਕਰ ਸਕਦੇ ਹਾਂ। ਹੋਰ ਇਹਦੇ ਵਿੱਚ ਮਨਸ਼ਾ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਅੱਜ ਪੂਰੇ ਭਾਰਤ ਦੀ ਜਦੋਂ ਮੈਂ ਤਸਵੀਰ ਦੇਖ ਰਿਹਾ ਸੀ ਤਾਂ ਇਹੀ ਲੱਗ ਰਿਹਾ ਸੀ ਕਿ ਭਾਰਤ ਦੀਆਂ ਸਾਰੀਆਂ ਸੜਕਾਂ ਜਾਮ ਹੈ। ਉਹ ਸੜਕਾਂ ਇਸ ਕਰਕੇ ਨਹੀਂ ਕਿ ਕੋਈ ਪਾਰਟੀ ਦੇ ਸਮਰਥਨ ਦੇ ਲਈ ਜਾਂ ਕੋਈ ਇਲੈਕਸ਼ਨ ਕਰਕੇ ਹੈ, ਉਹ ਕੇਵਲ ਕਿਸਾਨੀ ਕਰਕੇ ਹੈ। ਕਿਸਾਨ ਜਦੋਂ ਮਰ ਗਿਆ ਤਾਂ ਹਰ ਇੱਕ ਗਲੀ ਦੇ ਵਿੱਚ ਫਿਰਦੇ ਬੱਚੇ ਨੂੰ ਵੀ ਪਤਾ ਹੈ ਕਿ ਜਦੋਂ ਕਿਸਾਨ ਦਾ ਲੱਕ ਟੁੱਟ ਗਿਆ, ਵੱਡੇ ਵਪਾਰੀ ਆ ਗਏ, ਤਾਂ ਦੇਸ਼ ਕੰਗਾਲ ਹੋ ਜੂਗਾ, ਕੰਗਾਲ ਹੋਇਆ ਦੇਸ਼ ਬਾਕੀ ਦੂਜੇ ਮੁਲਕ ਦੱਬ ਲੈਣਗੇ। ਇਸ ਕਰਕੇ ਅੱਜ ਬੱਚਾ ਬੱਚਾ ਕਿਸਾਨਾਂ ਦੇ ਸਮਰਥਨ 'ਚ। ਅਤੇ ਜਿੱਦਾਂ ਰੇਲਾਂ ਦੀ ਆਵਾਜਾਈ ਵੀ ਬੰਦ ਹੋਈ ਅੱਜ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਗੱਲ ਵੀ ਕਿਸਾਨਾਂ 'ਤੇ ਮੜੀ ਜਾ ਰਹੀ ਹੈ। ਦੇਖੋ, ਮੇਰੀ ਗੱਲ ਸੁਣੋ, ਕਿਸਾਨ ਹੋਰ ਕਰਨਗੇ ਕੀ? ਆ ਤੁਸੀਂ ਇੱਧਰ ਦਾ ਹਲੇ ਰੇਲ ਆਈ ਨਹੀਂ, ਤੁਸੀਂ ਆ ਹਰਿਆਣੇ 'ਚ ਜਾ ਕੇ ਦੇਖ ਲਓ, ਰੇਲਾਂ ਵੀ ਅਡਾਨੀਆਂ ਨੂੰ ਵੇਚਣ ਲੱਗ ਗਏ, ਰੇਲ ਆਪਣੇ ਹਵਾਈ ਅੱਡੇ ਵੀ ਅਡਾਨੀਆਂ ਦੇ ਹੋ ਗਏ, ਅਤੇ ਹਰ ਅਦਾਰਾ ਤਾਂ ਇਹ ਅਡਾਨੀਆਂ ਨੂੰ ਦੇਣ ਲੱਗ ਗਿਆ। ਕਿਸਾਨ ਦੀ ਫਸਲ ਰਹਿ ਗਈ ਸੀਗੀ, ਉਹ ਵੀ ਅਡਾਨੀਆਂ ਅੰਬਾਨੀਆਂ ਨੂੰ ਦੇਤੀ, ਅਤੇ ਤੁਹਾਡਾ BSNL ਵੀ ਅੰਬਾਨੀਆਂ ਦੇ ਕੋਲ ਚਲਿਆ ਗਿਆ। ਕੋਈ ਅਦਾਰਾ ਤਾਂ ਇਹੋ ਜਿਹਾ ਦੱਸੋ ਜਿਹੜਾ ਅਡਾਨੀ ਅੰਬਾਨੀਆਂ ਤੋਂ ਬਾਹਰ ਹੋਊਗਾ। ਸੋ ਇਸ ਕਰਕੇ ਬਾਕੀ ਦਾ, ਚਲੋ ਜਿਹੜੇ ਅਦਾਰੇ ਸੀਗੇ ਉਹਨਾਂ ਦੇ ਤਾਂ ਮੁਲਾਜ਼ਮ ਸੀਗੇ, ਉਹ ਤਾਂ ਅੰਦੋਲਨ ਕਰ ਨਹੀਂ ਸਕਦੇ ਸੀ, ਲੇਕਿਨ ਕਿਸਾਨ ਨੇ ਤਾਂ ਅੰਦੋਲਨ ਕਰਨਾ ਹੀ ਕਰਨਾ, ਕਿਉਂਕਿ ਕਿਸਾਨ ਤਾਂ ਉਹਨਾਂ ਦਾ ਮੁਲਾਜ਼ਮ ਨਹੀਂ ਨਾ ਜੀ। ਕਿਸਾਨ ਤਾਂ ਆਪਣੇ ਖੇਤ ਦੇ ਵਿੱਚ ਮੁਲਾਜ਼ਮਤ ਕਰਦਾ, ਆਪਣੇ ਖੇਤ ਦੀ ਫੈਕਟਰੀ ਦੇ ਵਿੱਚ ਇੱਕ ਦਾਣਾ ਬੀਜਦਾ, ਅਤੇ ਉਹਦੇ ਵਿੱਚੋਂ 50-60 ਦਾਣੇ ਪੈਦਾ ਕਰਕੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ। ਔਰ ਦੇਖੋ, ਕਿਸਾਨ ਕਹੀ ਜੀ ਜਮਾਤ ਹੈ, ਕਿਸਾਨ ਦੇ ਲਈ ਭਖਾਰੀ ਵੀ ਉਹੋ ਜਿਹਾ, ਅਤੇ ਰਾਸ਼ਟਰਪਤੀ ਵੀ ਉਹੋ ਜਿਹਾ, ਵਪਾਰੀ ਵੀ ਉਹੋ ਜਿਹਾ, ਹਰ ਤਬਕੇ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪਣੀ ਗੱਲ ਕਰਨ ਦੇ ਲਈ ਸੜਕਾਂ ਦੇ ਉੱਤੇ ਧਰਨੇ ਲਾਉਣ ਲਈ ਮਜਬੂਰ ਹੋਇਆ ਵੈ। ਜਿੱਦਾਂ ਕਿ ਅੱਜ ਤੁਸੀਂ ਦੇਖਦੇ ਹੋ, ਪੰਜਾਬ ਦੇ ਹਾਲਾਤ ਨੂੰ ਹੋਰ ਵਿਗਾੜਨ ਲਈ ਭਾਰਤ ਸਰਕਾਰ, ਮੋਦੀ ਸਰਕਾਰ ਇੱਕ ਤੋਂ ਇੱਕ ਨਵਾਂ ਕਾਨੂੰਨ ਲਾਗੂ ਕਰਦੀ ਜਾ ਰਹੀ ਹੈ, ਚਾਹੇ ਉਹ ਪਰਾਲੀ ਸਾੜਨ 'ਤੇ 1 ਕਰੋੜ ਦਾ ਹੋਵੇ, ਚਾਹੇ ਕੋਈ ਹੋਰ। ਇਹਨਾਂ ਬਾਰੇ ਤੁਸੀਂ ਕੀ ਬਿਆਨ ਦੇਣਾ ਚਾਹੋਗੇ? ਦੇਖੋ, ਪਰਾਲੀ ਆ 3-4 ਦਿਨ ਸੜਕੇ, ਹੁਣ ਕਣਕਾਂ ਵਿਛ ਗਈਆਂ, ਹੁਣ 6 ਮਹੀਨੇ ਜਿਹੜਾ ਪ੍ਰਦੂਸ਼ਣ ਹੋਣਾ, ਕੀ ਹੁਣ ਪਰਾਲੀ ਦਾ ਹੀ ਪ੍ਰਦੂਸ਼ਣ ਰਹੂਗਾ? ਮੋਦੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਫੈਕਟਰੀਆਂ ਦੇ ਵਿੱਚ ਪ੍ਰਦੂਸ਼ਣ ਰੋਕਥਾਮ ਵਾਸਤੇ ਯੰਤਰ ਲੱਗਣੇ ਚਾਹੀਦੇ ਹੈ, ਲੇਕਿਨ ਕਦੇ ਅੱਜ ਤੱਕ ਜਿਹੜਾ ਪੋਲਿਊਸ਼ਨ ਰੋਕਥਾਮ ਮਹਿਕਮਾ ਹੈ ਉਹਨੇ ਕਦੇ ਫੈਕਟਰੀਆਂ ਚੈੱਕ ਕੀਤੀਆਂ? ਕਿਸੇ ਫੈਕਟਰੀ ਦੇ ਵਿੱਚ ਨਹੀਂ ਜਾਂਦੇ। ਮੋਦੀ ਜੀ ਇਹ ਦੱਸਣ ਪਿੱਛੇ ਜਿਹਨਾਂ ਨੇ ਕੋਈ ਕਾਨੂੰਨ ਪਾਸ ਕਰਿਆ ਸੀ ਆ ਸੜਕਾਂ ਦੀ ਸੇਫਟੀ ਦਾ, ਕਿ ਫਲਾਣੇ ਉਹਦਾ ਇੰਨਾ ਚਲਾਣ ਹੋਊਗਾ, ਜੇ ਬੈਲਟ ਨਾ ਲੱਗੀ ਇੰਨਾ ਚਲਾਣ ਹੋਊਗਾ, ਕਦੇ ਦੱਸਣਗੇ ਮੋਦੀ ਜੀ ਉਹਦੇ ਅੰਕੜੇ ਕਿ ਕਿੰਨੇ ਕੁ ਚਲਾਣ ਕਰੇ ਹੈ? ਉਹਨਾਂ ਕਾਨੂੰਨਾਂ ਨੂੰ ਤਾਂ ਕਦੇ ਇੰਪਲੀਮੈਂਟ ਕੀਤਾ ਨਹੀਂ, ਉਹਨਾਂ ਨੂੰ ਤਾਂ ਕਦੇ ਉਹਦੇ ਵਿੱਚ ਲਿਆਂਦਾ ਨਹੀਂ, ਲੇਕਿਨ ਕਿਸਾਨਾਂ 'ਤੇ 1 ਕਰੋੜ ਰੁਪਈਆ। ਹੁਣ ਇੱਕ ਜ਼ਿਮੀਂਦਾਰ ਮੇਰੇ ਪਿੰਡ ਦਾ, ਉਹਦੇ ਕੋਲ 1 ਏਕੜ ਜ਼ਮੀਨ ਹੈ, ਉਹਨੇ ਪਰਾਲੀ ਵੇਚਤੀ, ਹੁਣ 1 ਏਕੜ ਵਾਲੇ ਕੋਲ 1 ਕਰੋੜ ਲਾ ਦੇਣਗੇ 5 ਸਾਲ ਦੀ, ਕਹਿਦਾ ਅਗਲਾ ਕਹੂਗਾ ਲੈ ਲਓ ਜੀ 1 ਕਰੋੜ ਅੰਦਰ ਲੈ ਜਾਓ। ਹੁਣ ਇਹੋ ਜਿਹੇ ਕਾਨੂੰਨ, ਜਿਹੜੇ ਕਾਨੂੰਨਾਂ ਦਾ ਮਤਲਬ ਹੈ ਕੋਈ ਨਹੀਂ। ਉਹ ਤੋਂ ਅੱਗੇ ਜਾ ਕੇ ਮੈਂ ਗੱਲ ਕਰਦਾ, ਪਰਾਲੀ ਸਾਂਭਣ ਦੇ ਸਾਧਨ
ਇੱਕ ਫੈਕਟਰੀਆਂ ਲੱਗੀਆਂ ਸੀ ਜਿੱਥੇ ਪਰਾਲੀ ਨੂੰ ਇਕੱਠੀ ਕਰਕੇ ਉਹ ਤੋਂ ਬਿਜਲੀ ਬਣਾਈ ਜਾਂਦੀ ਸੀ। ਉਹ ਬਿਜਲੀ ਪਿੰਡਾਂ ਦੇ ਵਿੱਚ ਸਪਲਾਈ ਹੁੰਦੀ ਸੀ। ਆ ਜਿੱਥੇ ਆਪਾਂ ਖੜ੍ਹੇ ਹਾਂ ਘਨੌਰ ਏਰੀਆ, ਇੱਥੋਂ 10 ਕਿਲੋਮੀਟਰ ਜਾ ਕੇ ਇੱਕ ਤਾਪ ਬਿਜਲੀ ਘਰ ਲੱਗਿਆ ਸੀ। ਉਹ ਬਿਜਲੀ ਘਰ ਤਾਂ ਮੌਜੂਦਾ ਹਾਕਮਾਂ ਨੇ ਬੰਦ ਕਰਿਆ, ਵਪਾਰੀ ਨੂੰ ਘਾਟਾ ਪੈ ਗਿਆ। ਹੁਣ ਉਹ ਵਪਾਰੀ ਨੂੰ ਜੇ ਘਾਟਾ ਪੈ ਗਿਆ ਤਾਂ ਸਰਕਾਰ ਉਸ ਪ੍ਰੋਜੈਕਟ ਨੂੰ ਲੈ ਸਕਦੀ ਸੀ, ਸਰਕਾਰ ਉਹ ਤੋਂ ਪ੍ਰੋਜੈਕਟ ਲੈ ਕੇ ਆਪ ਚਲਾਉਂਦੀ। ਸਾਡੇ ਦੋ ਹਲਕਿਆਂ ਦੀ ਟੋਟਲ ਪਰਾਲੀ ਉਹ ਪ੍ਰੋਜੈਕਟ ਲੈਂਦਾ ਸੀਗਾ, ਜ਼ਿਮੀਂਦਾਰਾਂ ਨੂੰ ਪੈਸੇ ਬਣਦੇ ਸੀ, ਨਾਲੇ ਉੱਥੇ ਬਿਜਲੀ ਤਿਆਰ ਹੁੰਦੀ ਸੀ। ਸੋ ਇੱਕ ਪਾਸੇ ਤਾਂ ਉਹ ਜਿਹੇ ਪ੍ਰੋਜੈਕਟ ਉਜਾੜੇ ਜਾ ਰਹੇ ਹਾਂ ਜਿਨ੍ਹਾਂ ਨੇ ਪਰਾਲੀ ਨੂੰ ਸਾਂਭਣਾ, ਅਤੇ ਦੂਏ ਪਾਸੇ ਜੁਰਮਾਨੇ ਲਾਏ ਜਾ ਰਹੇ ਹਾਂ। ਸਰ ਇੱਕ ਪਾਸੇ ਪੰਜਾਬ ਨੂੰ ਦਬਾਉਣ ਵਾਸਤੇ ਇੱਕ ਤੋਂ ਇੱਕ ਜਿੱਦਾਂ ਗੱਲ ਕਰ ਰਹੇ ਹਾਂ ਆਪਾਂ ਪੇਂਡੂ ਵਿਕਾਸ ਫੰਡ, ਉਸ ਉੱਤੇ ਵੀ ਰੋਕ ਲਗਾ ਦਿੱਤੀ ਗਈ ਆ, ਤਾਂ ਪੰਜਾਬ ਨੂੰ ਲੈ ਕੇ ਮੋਦੀ ਸਰਕਾਰ ਕਿਸ ਤਰ੍ਹਾਂ ਆਪਣਾ ਪ੍ਰਭਾਵ ਜਾਣਨਾ ਚਾਹੁੰਦੀ ਆ? ਇਹ ਕਾਕਾ ਜੀ ਤਾਂ ਹੋ ਰਿਹਾ ਕਿਉਂਕਿ ਪੰਜਾਬ ਕੋਲ ਕੋਈ ਮਤਲਬ ਇਮਾਨਦਾਰ ਲੀਡਰਸ਼ਿਪ ਨਹੀਂ। ਆ ਹੁਣ ਜਦੋਂ ਕੈਪਟਨ ਸਾਹਿਬ ਨੇ ਵਿਧਾਨ ਸਭਾ 'ਚ ਮਤਾ ਲਿਆਂਦਾ, ਇੱਕ ਦਾ ਈਡੀ ਦਾ ਨੋਟਿਸ ਉਦੋਂ ਕੱਢਤਾ, ਜਦੋਂ ਧਰਨਾ ਦੇ ਆ ਫਿਰ ਨੋਟਿਸ ਆ ਗਏ। ਹੁਣ ਨੋਟਿਸ ਤੈਨੂੰ ਤਾਂ ਮੈਨੂੰ ਤਾਂ ਆਉਂਦਾ ਨਹੀਂ, ਜੇ ਇਮਾਨਦਾਰ ਹੋਵਾਂਗੇ ਤਾਂ ਨੋਟਿਸ ਕਿਉਂ ਆਉਣਗੇ? ਇਸ ਕਰਕੇ ਜਿੰਨੀ ਦੇਰ ਪੰਜਾਬ ਦੇ ਕੋਲ ਕੋਈ ਇਮਾਨਦਾਰ ਲੀਡਰਸ਼ਿਪ ਨਹੀਂ ਆਉਂਦੀ, ਜਿੰਨੀ ਦੇਰ ਪੰਜਾਬ ਦੇ ਲੋਕ ਆਪਣੀ ਲੀਡਰਸ਼ਿਪ ਪੈਦਾ ਨਹੀਂ ਕਰਦੇ, ਜਿੰਨੀ ਦੇਰ ਪੰਜਾਬ ਦੇ ਲੋਕ ਆਪਣੇ ਧੀਆਂ ਪੁੱਤਾਂ ਨੂੰ ਰਾਜਨੀਤੀ ਦੇ ਵਿੱਚ ਅੱਗੇ ਨਹੀਂ ਪਾਉਂਦੇ, ਔਰ ਜਿੰਨੀ ਦੇਰ ਪੰਜਾਬ ਦੇ ਲੋਕ ਹਰੇਕ ਧਰਨੇ ਦੇ ਉੱਤੇ ਗਏ ਬੰਦੇ ਨੂੰ ਇਹ ਨਹੀਂ ਕਹਿੰਦੇ ਇਹ ਤਾਂ ਰਾਜਨੀਤਿਕ ਹੈ, ਕੀ ਗੱਲ ਰਾਜਨੀਤੀ ਮਾੜੀ ਹੈ? ਰਾਜਨੀਤੀ ਦਾ ਸਾਰਿਆਂ ਤੋਂ ਚੰਗੀ ਹੈ, ਪਰ ਉਹ ਬਿਜ਼ਨਸ ਲਈ ਨਾ ਹੋਵੇ, ਲੋਕ ਸੇਵਾ ਲਈ ਹੋਵੇ। ਮੈਨੂੰ ਇਹ ਦੱਸੋ ਕਾਨੂੰਨ ਕਿਹਨੇ ਪਾਸ ਕਰੇ? ਕਾਨੂੰਨ ਕਰੇ MPਆਂ ਨੇ, ਮੈਂਬਰ ਪਾਰਲੀਮੈਂਟ ਜੇ BJP ਕੋਲ ਬਹੁਤ ਹੱਥ ਦੇ ਵਿੱਚ ਹੈ ਤਾਂ ਹੀ ਆਰਡੀਨੈਂਸ ਪਾਸ ਹੋਏ। ਹੁਣ ਜੇ ਉੱਥੇ MP ਚੰਗੀ ਜ਼ਮੀਰ ਵਾਲੇ ਹੁੰਦੇ, ਭਾਵੇਂ ਉਹ BJP ਦੇ ਹੀ ਹੁੰਦੇ, ਤਾਂ ਉਹ ਅੜ ਜਾਂਦੇ ਕਿ ਅਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ਼ ਹੈ ਜੀ, ਅਸੀਂ ਨਹੀਂ ਵੋਟ ਪਾਉਂਦੇ। ਸੋ ਇਸ ਕਰਕੇ ਅੱਜ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ, ਜਿਹੜੇ ਕਹਿ ਦਿੰਦੇ ਆ ਜੀ ਇਹਨਾਂ ਨੇ ਤਾਂ ਸ਼ੰਭੂ ਮੋਰਚੇ ਰਾਜਨੀਤੀ ਕੱਢਣੀ ਹੈ, ਚਲੋ ਮੰਨ ਲਓ ਅਸੀਂ ਰਾਜਨੀਤੀ ਕੱਢ ਲਈ, ਰਾਜਨੀਤੀ ਕੱਢ ਕੇ ਅਸੀਂ 30-40 MLA ਤੇਰੇ ਵਰਗੇ ਮੁੰਡੇ, ਇਹਨਾਂ ਵਰਗੇ ਮੁੰਡੇ ਚੰਗੇ ਪੜ੍ਹੇ ਲਿਖੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਤੇ, ਔਰ ਉਹਨਾਂ ਨੇ ਪੰਜਾਬ ਲਈ ਕੋਈ ਚੰਗਾ ਕਰਤਾ, ਕੀ ਸ਼ੰਭੂ ਮੋਰਚੇ ਨੇ ਮਾੜੀ ਗੱਲ ਕਰਤੀ ਜੀ? ਦੀਪ ਸਿੱਧੂ ਨੇ ਕੋਈ ਮਾੜਾ ਸੋਚ ਲਿਆ? ਹੁਣ ਦੀਪ ਸਿੱਧੂ ਨੇ ਤਾਂ ਕਹਿਤਾ ਕਿ ਮੈਂ 2022 ਦੀ ਇਲੈਕਸ਼ਨ ਵੀ ਨਹੀਂ ਲੜਨੀ, ਫਿਰ ਵੀ ਦੀਪ ਸਿੱਧੂ RSS ਦਾ। ਦੀਪ ਸਿੱਧੂ ਨੇ ਕਹਿਤਾ ਕਿ ਮੈਂ ਆਨੰਦਪੁਰ ਦੇ ਮਤੇ ਦੀ ਗੱਲ ਕਰ ਰਹੇ ਹਾਂ, ਫਿਰ ਵੀ ਦੀਪ ਸਿੱਧੂ RSS ਦਾ। ਦੀਪ ਸਿੱਧੂ ਨੇ ਕਹਿਤਾ ਕਿ ਸੂਬੇ ਨੂੰ ਵੱਧ ਅਧਿਕਾਰ ਚਾਹੀਦੇ ਹੈ, ਫਿਰ ਵੀ ਦੀਪ ਸਿੱਧੂ RSS ਮੁੱਦੇ ਤੋਂ ਭਟਕਾਉਣ ਦੀ ਇੱਕ ਤਰ੍ਹਾਂ ਦੀ ਚਾਲ ਬਣੀ ਜਾ ਰਹੀ ਹੈ। ਮੈਂ ਉਹੀ ਗੱਲ ਕਹਿਣਾ ਨਾ ਕਿ ਜੇਕਰ ਜਿਹੜੀਆਂ ਗੱਲਾਂ ਅਕਾਲੀ ਦਲ ਦੀਆਂ ਹੁੰਦੀਆਂ ਸੀ ਕਦੇ, ਜਦੋਂ ਅਕਾਲੀ ਦਲ ਸਰਬ ਪ੍ਰਮਾਣਿਤ ਹੁੰਦਾ ਸੀ, ਉਹ ਜਿਹੇ ਲੋਕਾਂ ਦਾ ਹੁੰਦਾ ਸੀ। ਹਾਂ ਠੀਕ ਹੈ, ਘੱਟੋ ਘੱਟ ਦੀਪ ਸਿੱਧੂ ਨੂੰ ਟਾਈਮ ਤਾਂ ਦਿਓ, ਜੇ ਦੀਪ ਸਿੱਧੂ ਆਪਣੀਆਂ ਕਈਆਂ ਗੱਲਾਂ 'ਤੇ ਖਰਾ ਨਹੀਂ ਉਤਰੂਗਾ, ਫਿਰ ਤਾਂ ਖਬਰ ਅਸੀਂ ਵੀ ਨਾਲ ਖੜੀਏ। ਅਸੀਂ ਵੀ ਦੀਪ ਸਿੱਧੂ ਨਾਲ ਅੱਜ ਤੋਂ 25 ਤਰੀਕ ਤੋਂ ਜੁੜੇ ਹੈ। 25 ਤਰੀਕ ਉਹਨਾਂ ਨੇ ਹੋਕਾ ਦਿੱਤਾ, ਬੁਲਾਇਆ, ਅਸੀਂ ਇਕੱਠੇ ਹੋਏ, ਉਦੋਂ ਬਾਅਦ ਮੋਰਚਾ ਸ਼ੁਰੂ ਹੋ ਗਿਆ। ਹੁਣ ਘੱਟੋ ਘੱਟ ਜਿਹੜੇ ਵਿਚਾਰਾਂ ਦੇ ਉੱਤੇ ਦੀਪ ਸਿੱਧੂ ਚੱਲਿਆ, ਉਹ ਵਿਚਾਰ ਸੁਣ ਕੇ ਸਾਰੇ ਲੋਕ ਆ ਰਹੇ ਹੈ। ਮੇਰੀ ਬੇਨਤੀ, ਜਿਹੜੀਆਂ ਕਿਸਾਨ ਯੂਨੀਅਨਾਂ ਦੇ ਲੀਡਰ ਹੈ, ਉਹਨਾਂ ਦੇ ਵਿੱਚ ਬਹੁਤ ਸਤਿਕਾਰਤ ਲੀਡਰ ਜਿਹੜੇ ਮੇਰੇ ਨਾਲ ਸਿੱਧੇ ਦੇ ਖੁੱਲ੍ਹੇ ਵਿਚਾਰ ਕਰਦੇ ਹਨ, ਮੇਰੀ ਉਹਨਾਂ ਨਾਲ ਬਹੁਤ ਵਧੀਆ ਸਾਂਝ ਹੈ, ਉਹਨਾਂ ਨੂੰ ਜ਼ਰੂਰ ਬੇਨਤੀ ਹੈ ਕਿ ਆਪਾਂ ਪੰਜਾਬ ਨੂੰ ਕੇਵਲ MSP ਅਤੇ ਕਿਸਾਨ ਮੁੱਦਿਆਂ ਦੇ ਨਾਲ ਨਾਲ ਉਹ ਮੁੱਦਿਆਂ ਨੂੰ ਵੀ ਹਲਾਰਾ ਦੇਈਏ ਜਿਹੜੇ ਮੁੱਦੇ ਨੌਜਵਾਨਾਂ ਦੇ ਭਵਿੱਖ ਵੱਲ ਸੇਧ ਕਰਦੇ ਹੋਣ। ਸੋ ਉਹਦੇ ਲਈ ਭਾਵੇਂ ਦੀਪ ਸਿੱਧੂ ਜੀ ਹੋਣ, ਭਾਵੇਂ ਉਹ ਹੋਣ, ਸੋ ਉਹ ਗੱਲ ਵੀ ਰਹੀਏ। ਮੈਂ ਹੁਣ ਤੁਹਾਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ, ਸਾਡੇ ਸੈਫੀ ਦੇ ਨੌਜਵਾਨ ਆਗੂ ਸੋਨੂੰ ਭਗੌਰਾ ਜੀ ਹੈ ਜਿਹੜੇ ਅੱਜ ਬੜੀ ਵੱਡੀ ਉਹਦੇ ਵਿੱਚ ਆਏ ਹੈ, ਸੋ ਇਹਨਾਂ ਤੋਂ ਵੀ, ਕਿਉਂਕਿ ਇਹ ਮੰਚ ਨੌਜਵਾਨਾਂ ਦਾ, ਮੈਂ ਵੀ ਨੌਜਵਾਨ ਹੈ, ਸੋ ਇਸ ਕਰਕੇ ਇਹਨਾਂ ਤੋਂ ਵੀ ਦੋ ਸ਼ਬਦ ਤੁਸੀਂ ਪੁੱਛੋ, ਕਿਉਂਕਿ ਇੱਕ ਇਹੋ ਜਿਹੀ ਲੀਡਰਸ਼ਿਪ ਵੀ ਆਪਾਂ ਪੈਦਾ ਕਰੀਏ ਸਾਡੇ ਸਰਪੰਚ ਸਾਹਿਬ ਘੁੰਗਰਾਂ ਤੋਂ, ਸਾਡੇ ਸਤਿਕਾਰਯੋਗ ਬਜ਼ੁਰਗ ਹੈ। ਅਤੇ ਆਖਰੀ ਤੁਹਾਡੇ ਤੋਂ ਮੈਂ ਬਿਆਨ ਇਹੀ ਲੈਣਾ ਚਾਹੂੰਗਾ ਕਿ ਮੋਦੀ ਸਰਕਾਰ ਦਾ ਇਹ ਅੜੀਅਲ ਜਿਹੜਾ ਸੁਭਾਅ ਪੰਜਾਬ ਲਈ ਵਰਤਿਆ ਜਾ ਰਿਹਾ, ਉਸ ਚੀਜ਼ ਨੂੰ ਆਪਾਂ ਕਿੱਦਾਂ ਦੇਖਦੇ ਹਾਂ? ਇਸ ਲਈ ਆਪਣੇ ਮੋਰਚੇ ਨੂੰ ਅੱਗੇ ਆਪਾਂ ਕਿੱਦਾਂ ਕੰਟੀਨਿਊ ਰੱਖਾਂ? ਇਸ ਜਿਹੜੇ ਦਿਨ ਵੱਲਭ ਭਾਈ ਪਟੇਲ ਦਾ 3000 ਕਰੋੜ ਦਾ ਬੁੱਤ ਲਾ ਕੇ ਉਹਨੇ ਬੁੱਤ ਲਾਇਆ ਸੀ ਮੋਦੀ ਨੇ, ਉਸੇ ਦਿਨ ਪਤਾ ਲੱਗ ਗਿਆ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੇ ਵੱਲਭ ਭਾਈ ਪਟੇਲ ਨੇ ਕਿਹਾ ਸੀ ਕਿ ਸਿੱਖ ਜਰੈਮ ਪੇਸ਼ਾ, ਪੰਜਾਬੀ ਜਰੈਮ ਪੇਸ਼ਾ ਕੌਮ ਹੈ, ਉਸੇ ਦੇ ਉੱਤੇ 3000 ਕਰੋੜ ਮੋਦੀ ਨੇ ਲਾਤਾ ਸੀ। ਅਸੀਂ ਤਾਂ ਉਸੇ ਦਿਨ ਤੋਂ ਦੇਖ ਰਹੇ ਹਾਂ ਕਿ ਮੋਦੀ ਕਹਿੰਦਾ ਵੀ ਅਸੀਂ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈਣਾ, ਅਤੇ ਜਿਹੜਾ ਸਾਡੇ ਦਰਬਾਰ ਸਾਹਿਬ ਦੇ ਦਰਵਾਜ਼ੇ ਹੈ ਉਹਨਾਂ ਨੂੰ ਇਹ ਸੋਮਨਾਥ ਦੇ ਦਰਵਾਜ਼ੇ ਕਹਿੰਦੇ ਹਾਂ, ਹਾਲਾਂਕਿ ਹਿੰਦੂ ਸਿੱਖਾਂ ਦੀ ਕੋਈ ਲੜਾਈ ਨਹੀਂ, ਲੜਾਈ ਇਹ ਲੀਡਰ ਖੜੀ ਕਰਦੇ ਹੈ। ਸੋ ਇਸ ਕਰਕੇ ਅਸੀਂ ਤਾਂ ਉਸੇ ਦਿਨ ਤੋਂ ਦੇਖਦੇ ਹਾਂ, ਇਹ ਸਾਡੇ 'ਤੇ ਹੈ ਕਿ ਅਸੀਂ ਇਸ ਲੜਾਈ ਨੂੰ ਕੋਈ ਧਾਰਮਿਕ ਲੜਾਈ ਨਾ ਬਣਾਉਂਦੇ ਹੋਏ, ਇਸ ਲੜਾਈ ਨੂੰ ਅਸੀਂ ਮਤਲਬ ਕਿਸਾਨਾਂ ਦੀ ਲੜਾਈ ਰਹਿਣ ਦੀ, ਇਹ ਸਾਡੀ ਮੇਰੀ ਉਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ। ਹੁਣ ਜਿੱਦਾਂ ਕਿ ਇਹ ਚੀਜ਼ ਸਾਹਮਣੇ ਆਈ ਹੈ ਵੀ ਇਹ ਸਿਰਫ ਕਿਸਾਨੀ ਮੁੱਦਾ ਨਹੀਂ ਰਿਹਾ, ਜਦੋਂ ਹੁਣ ਇਹ ਸੰਘਰਸ਼ ਜਾਰੀ ਰੱਖਿਆ ਕਿਸਾਨਾਂ ਨੇ, ਪੰਜਾਬੀਆਂ ਨੇ,
ਤਾਂ ਪੂਰੇ ਭਾਰਤ ਵਿੱਚ ਇੱਕ ਹੁੰਮ ਆ ਕੇ ਇਹ ਚੀਜ਼ ਨੂੰ ਅਸੈਪਟ ਕੀਤਾ ਗਿਆ ਕਿ ਜੋ ਇਹ ਮੁੱਦਾ ਇਹ ਸਿਰਫ ਇੱਕ ਹਰੇਕ ਵਰਗ ਨੂੰ ਪ੍ਰਭਾਵਿਤ ਕਰੂਗਾ, ਵਪਾਰੀ ਭਾਗ ਨੂੰ ਵੀ, ਹਰੇਕ ਨੂੰ। ਅਤੇ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ, ਜਦੋਂ ਪੰਜਾਬ ਨੇ ਕੋਈ ਗੱਲ ਕਰੀ ਹੈ ਤਾਂ ਪੰਜਾਬ ਦੀ ਗੱਲ ਭਾਵੇਂ ਉਹ 1947 ਤੋਂ ਹੋਵੇ, ਭਾਵੇਂ ਉਹ ਤੋਂ ਪਹਿਲਾਂ ਹੋਵੇ, ਪੰਜਾਬ ਦੀ ਕਰੀ ਹੋਈ ਗੱਲ ਸਾਰੇ ਭਾਰਤ ਦੇ ਵਿੱਚ ਜਾਂਦੀ ਹੈ। ਇਸ ਕਰਕੇ ਮੋਦੀ ਜੀ ਨੂੰ ਵੀ ਪ੍ਰੋਬਲਮ ਹੈ ਕਿ ਜਦੋਂ ਇੱਥੋਂ ਕੋਈ ਚਿੰਗਾੜੀ ਲੱਗੀ ਨਾ, ਉਹ ਚਿੰਗਾੜੀ ਪੂਰੇ ਭਾਰਤ ਦੇ ਵਿੱਚ ਫੈਲਣੀ ਹੈ ਔਰ ਇਹੋ ਜਿਹੇ ਨੌਜਵਾਨਾਂ ਨੂੰ ਫੈਲਣੀ ਹੈ। ਮੈਂ ਬੇਨਤੀ ਕਰਾਂਗਾ ਸੋਨੂੰ ਜੀ ਤੋਂ ਵੀ ਸਵਾਲ ਕਰੋ ਸਾਡੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 36 ਦਿਨ ਹੋ ਗਏ ਧਰਨਾ ਚੱਲਦਿਆਂ ਨੂੰ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ। ਇਹ ਸਾਨੂੰ ਰੌਲਾ ਪਾਉਂਦੇ ਰਹੇ ਵੀ ਪੰਜਾਬ ਦਾ ਧੂੰਆਂ ਆਉਂਦਾ ਜੀ, ਉੱਥੇ ਧੂੰਏ ਨੇ ਘੇਰਿਆ ਹੋਇਆ ਦਿੱਲੀ, ਪਰ ਅਸੀਂ ਹੁਣ ਮਨ ਬਣਾ ਲਿਆ ਵੀ ਅਸੀਂ ਦਿੱਲੀ ਘੇਰਾਂਗੇ, ਕਿਉਂਕਿ ਇਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਹੇ। ਜਿਵੇਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜੀ ਉੱਥੇ ਗਏ ਸੀਗੇ, ਰਾਸ਼ਟਰਪਤੀ ਨੇ ਮਿਲਣਾ ਵੀ ਉਹਨਾਂ ਨੂੰ ਮਤਲਬ ਮੁਨਾਸਿਬ ਨਹੀਂ ਸਮਝਿਆ। ਤੁਸੀਂ ਬਿੱਲਾਂ 'ਚ ਅਮੈਂਡਮੈਂਟ ਕਰਨੀ ਹੈ ਨਹੀਂ ਕਰਨੀ, ਮੰਨਣਾ ਨਹੀਂ ਮੰਨਣਾ, ਪਰ ਤੁਸੀਂ ਮਿਲੋ ਤਾਂ ਸਹੀ ਨਾ, ਇੰਨਾ ਹੰਕਾਰ ਚੰਗਾ ਨਹੀਂ। ਅਤੇ ਅਸੀਂ ਇਹੀ ਫੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਹਜੇ ਵੀ ਕੋਈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਤੇ ਜੋ ਚੀਜ਼ ਜਿਹਨੂੰ ਨਹੀਂ ਚਾਹੀਦੀ ਉਹਨੂੰ ਤੁਸੀਂ ਧੱਕੇ ਨਾਲ ਕਿਉਂ ਥੋਪਦੇ ਹੋ? ਜਦੋਂ ਸਾਨੂੰ, ਅਸੀਂ ਕਿਸਾਨ ਹਾਂ, ਸਾਨੂੰ ਤੁਹਾਡੇ ਬਿੱਲ ਮਨਜ਼ੂਰ ਨਹੀਂ ਹੈ, ਤੁਸੀਂ ਸਾਨੂੰ ਧੱਕੇ ਨਾਲ ਸਾਡੇ 'ਤੇ ਕਿਉਂ ਥੋਪ ਰਹੇ ਹੋ? ਅਤੇ ਮੋਦੀ ਸਾਹਿਬ ਨੂੰ ਇਹ ਗੁਜ਼ਾਰਿਸ਼ ਹੈ, ਹੱਥ ਜੋੜ ਕੇ ਬੇਨਤੀ ਵੀ ਹੈ ਵੀ ਇਹ ਬਿੱਲਾਂ 'ਚ ਅਮੈਂਡਮੈਂਟ ਕਰੋ। ਅਤੇ ਪੰਜਾਬ ਇੱਕ ਐਸਾ ਸਟੇਟ ਹੈ ਜਿਹਨੇ ਪੂਰੇ ਇੰਡੀਆ ਦਾ ਢਿੱਡ ਭਰਿਆ, ਨਾ ਪੂਰੇ ਵਰਲਡ ਦਾ ਵੀ ਭਰਿਆ। ਅਤੇ ਇਹਨੇ ਕਹਿੰਦਾ ਖਿਮੇ ਦਾ ਜਾਜਕਾਂ, ਅਤੇ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ।